ਇੱਕ ਵਿਦਿਆਰਥੀ ਨੂੰ ਸਾਰੇ ਅਧਿਆਪਕਾਂ ਤੋਂ ਝਿੜਕਾਂ ਪਿਆ ਕਰਦੀਆਂ ਸਨ ਜਿਸ ਕਾਰਨ ਉਹ ਬੜਾ ਕੌੜਾ ਤੇ ਸੰਕੀ ਹੋ ਗਿਆ ਲਗਭਗ 20 ਸਾਲ ਮਗਰੋਂ ਨੇ ਆਪਣੇ ਪੁਰਾਣੇ ਸਕੂਲ ਦੇ ਨਵੇਂ ਪ੍ਰਿੰਸੀਪਲ ਨੂੰ ਖੱਤ ਲਿਖਿਆ ਕਿ ਮੈਂ ਇੰਨੇ ਸਾਲ ਸਕੂਲ ਦੀ ਫੀਸ ਦਿੰਦਾ ਰਿਹਾ ਪਰ ਸਕੂਲ ਨੇ ਮੈਨੂੰ ਕੁਝ ਨਹੀਂ ਸਿਖਾਇਆ ਸੋ ਮੇਰੇ ਤੋਂ ਸਾਰੀ ਲਈ ਗਈ ਫੀਸ ਵਿਆਜ ਸਮੇਤ ਵਾਪਸ ਕੀਤੀ ਜਾਏ ਨਹੀਂ ਤਾਂ ਮੈਂ ਕਾਨੂੰਨੀ ਕਾਰਵਾਈ ਕਰਾਂਗਾ ਸਕੂਲ ਵਾਸਤੇ ਬਹੁਤ ਵੱਡੀ ਸਮੱਸਿਆ ਹੋਈ ਅਧਿਆਪਕਾਂ ਨੇ ਕਿਹਾ ਵੀ ਉਹਨੂੰ ਕਹੋ ਕਿ ਸਕੂਲ ਦਾ ਇੰਨਾ ਪੁਰਾਣਾ ਰਿਕਾਰਡ ਨਹੀਂ ਹੈ ਇਸ ਕਰਕੇ ਉਹ ਸਾਰਾ ਹਿਸਾਬ ਇੱਕ ਮਹੀਨੇ ਚ ਵਿਸਥਾਰ ਨਾਲ ਦੱਸੇ ਉਹ ਸਾਰਾ ਚਾਰਟ ਬਣਾ ਕੇ ਲੈ ਆਇਆ ਉਹਦੇ ਹਿਸਾਬ ਕਿਤਾਬ ਦੀਆਂ ਬਰੀਕੀਆਂ ਵੇਖ ਕੇ ਪ੍ਰਿੰਸੀਪਲ ਨੇ ਉਹਨੂੰ ਕਿਹਾ ਤੁਹਾਡਾ ਸਕੂਲ ਵੱਲੋਂ ਤੁਹਾਨੂੰ ਕੁਝ ਵੀ ਨਾ ਸਿਖਾਉਣ ਦਾ ਦੋਸ਼ ਗਲਤ ਹੈ ਜੇ ਸਕੂਲ ਨੇ ਕੁਝ ਨਾ ਸਿਖਾਇਆ ਹੁੰਦਾ ਤਾਂ ਤੁਸੀਂ ਇੰਨਾ ਗੁੰਝਲਦਾਰ ਹਿਸਾਬ ਕਿਤਾਬ ਨਹੀਂ ਸੀ ਕਰ ਸਕਣਾ ਇਹ ਸਭ ਕੁਝ ਤੁਸੀਂ ਸਕੂਲ ਤੋਂ ਹੀ ਸਿੱਖਿਆ ਇਹ ਕਹਿ ਕੇ ਪ੍ਰਿੰਸੀਪਲ ਨੇ ਉਹਦੀ ਅਰਜ਼ੀ ਖਾਰਜ ਕਰ ਦਿੱਤੀ ਧੰਨਵਾਦ